ਏ ਆਰ ਸੈਣੀ ਗਲੈਮਰ ਵੱਲੋਂ ਐਵਰ ਕਿੰਗ ਸਵੈਗੀ ਜੋੜੀ ਕਰਵਾਇਆ ਜਾ ਰਿਹਾ ਮੁਕਾਬਲਾ ਆਪਣੇ ਆਪ ਵਿੱਚ ਇੱਕ ਵਿਲੱਖਣ ਹੋਵੇਗਾ। ਇਹ ਜਾਣਕਾਰੀ ਮੈਡਮ ਰਜਨੀ ਸੈਣੀ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਦੇ ਦੋ ਐਡੀਸ਼ਨ ਕਰਵਾਏ ਜਾਣਗੇ ਜੋ ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ 20 ਅਤੇ 27 ਜਨਵਰੀ ਨੂੰ ਹੋਣਗੇ। ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੀਆਂ ਜੋੜੀਆਂ ਦੀ ਉਮਰ 22 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਈਵੈਂਟ ਦਾ ਫਾਈਨਲ 10 ਫਰਵਰੀ ਨੂੰ ਅਸ਼ਮੀਤ ਅਕੈਡਮੀ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਜਨੀ ਸੈਣੀ ਏ ਆਰ ਸੈਣੀ ਗਲੈਮਰ ਤੋਂ। ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਐਵਰ ਕਿੰਗ ਸਵੈਗੀ ਜੋੜੀ 2019 ਦੇ ਲਈ, ਜੋ ਕਿ ਮੈਰਿਡ ਕਪਲਸ ਦੇ ਲਈ ਈਵੈਂਟ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਮੈਰਿਡ ਕਪਲਸ ਆਉਣਗੇ, ਔਨ ਸਟੇਜ ਤੁਰ ਕੇ ਦਿਖਾਉਣਗੇ, ਆਪਣੀ ਪ੍ਰਤਿਭਾ ਦਿਖਾਉਣਗੇ, ਉਹਨਾਂ ਵਿੱਚ ਕਿਹੜਾ ਟੈਲੈਂਟ ਛੁਪਿਆ ਹੋਇਆ ਉਹਨੂੰ ਅੱਗੇ ਲੈ ਕੇ ਆਉਣਗੇ, ਅਤੇ ਜੱਜਾਂ ਵੱਲੋਂ ਪੁੱਛੇਗੇ ਕੁਐਸਚਨਾਂ ਦੇ ਕੁਐਸਚਨਸ ਦੇ ਜਵਾਬ ਦੇਣਗੇ। ਇਹਦੇ ਜਿਹੜੀ ਏਜ ਕ੍ਰਾਈਟੀਰੀਆ ਰੱਖਿਆ ਗਿਆ 22 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਏਜ ਤੱਕ ਇਹ ਪਾਰਟੀਸਪੇਟ ਕਰ ਸਕਦੇ ਨੇ। ਇਹਨਾਂ ਨੂੰ ਵੀ ਦੋ ਕੈਟਾਗਰੀ 'ਚ ਡਿਵਾਈਡ ਕੀਤਾ ਗਿਆ, 22 ਤੋਂ ਲੈ ਕੇ 41 ਸਾਲ ਐਂਡ 42 ਤੋਂ ਲੈ ਕੇ 60 ਸਾਲ ਦੀ ਏਜ ਤੱਕ ਦੇ ਪਾਰਟੀਸਪੇਟ ਕਰ ਸਕਦੇ ਨੇ। ਇਹਨਾਂ ਦੋਨਾਂ ਗਰੁੱਪਸ ਵਿੱਚੋਂ ਹੀ ਵਿਨਰਸ ਅਲੱਗ ਅਲੱਗ ਨਿਕਾਲੇ ਜਾਣਗੇ ਅਤੇ ਰਨਰ ਅਪ ਵੀ। ਇਹਨਾਂ ਸਰ ਔਨਲਾਈਨ ਰਜਿਸਟ੍ਰੇਸ਼ਨ ਤਾਂ ਸਾਡੀ 1 ਮਹੀਨਾ ਪਹਿਲਾਂ ਤੋਂ ਹੀ ਸਟਾਰਟ ਹੋਈ ਆ। ਇਹਦੇ ਹੁਣ ਆਡੀਸ਼ਨ ਅਸੀਂ ਰੱਖੇ ਨੇ 20 ਤਰੀਕ ਲੁਧਿਆਣਾ ਦੇ ਵਿੱਚ ਹੋ ਰਿਹਾ ਆਡੀਸ਼ਨ, ਅਤੇ 27 ਤਰੀਕ ਨੂੰ ਹੋਏਗਾ ਅੰਮ੍ਰਿਤਸਰ ਦੇ ਵਿੱਚ ਆਡੀਸ਼ਨ, 13 ਜਿਹੜੇ ਗ੍ਰੈਂਡ ਫਿਨਾਲੇ ਆ, 10 ਫਰਵਰੀ ਨੂੰ ਅਸ਼ਮੀਤ ਅਕੈਡਮੀ ਹੋਵੇਗਾ ਲੁਧਿਆਣਾ ਵਿਖੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।